ਕਿ ਉਹ ਜੋ ਖਾਬ تھے ਮੇਰੇ ਜ਼ਹਿਨ ਮੇ ਉਹ ਜੋ ਖੁਆਬ تھے ਮੇਰੇ ਜ਼ਹਿਨ ਮੇ ਨਾ ਮੈਂ ਕਹਿ ਸਕਾ ਨਾ ਮੈਂ ਲਿਖ ਸਕਾ ਕਿ ਜ਼ੁਬਾਨ ਮਿਲੀ ਤਾਂ ਕਟੀ ਹੋਈ ਕਿ ਕਲਮ ਮਿਲਾ ਤੋ ਬਕਾ ਹੁਆ ਕਿ ਸੀਐਮ ਜਿੱਦਾਂ ਦਾ ਮਰਜੀ ਐ ਲੋਕ ਉਹਨੂੰ ਜੋ ਮਰਜੀ ਕਹਿਣ ਪਰ ਉਹ ਇਮਾਨਦਾਰ ਐ ਉਹ ਇੱਕ ਨਿੱਕੇ ਪੈਸੇ ਦਾ ਰਵਾਮਦਾਰ ਨਹੀਂ ਐ ਔਰ ਮੈਂ ਵੀ ਇਹ ਮੰਨਦਾ ਕਿ ਸਟੇਟ ਨੂੰ ਸੀਐਮ ਚਾਹੀਦਾ ਵੀ ਇਹੋ ਜਿਹਾ ਸੀਗਾ ਅੱਜ ਤੱਕ ਕੱਲ ਨੂੰ ਕਿਸੇ ਦੀ ਬੁੱਧੀ ਭ੍ਰਿਸ਼ਟ ਹੋ ਜਾਏ ਕੁਝ ਨਹੀਂ ਕਿਹਾ ਜਾ ਸਕਦਾ ਅੱਜ ਤੱਕ ਤੁਸੀਂ ਵੇਲ ਕੋਲ ਇਮਾਨਦਾਰ ਹੋਰ ਮੈਂ 100% ਉਸ ਅਫਸਰ ਦੀਆਂ ਗੱਲਾਂ ਦੇ ਨਾਲ ਸਹਿਮਤ ਹਾਂ ਇੱਕ ਐਮਐਲਏ ਇੱਕ ਪੈਨਸ਼ਨ ਬਿਜਲੀ ਤੁਸੀਂ ਲੋਕਾਂ ਨੂੰ ਮੁਫਤ ਕੀਤੀ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਮਹਿੰਗੀ ਸੀਗੀ ਬਿਜਲੀ ਉਹ ਵੀ ਤੁਹਾਡਾ ਫੈਸਲਾ ਜਿਹੜਾ ਛਲਾਗਾ ਜੋਗ ਹੈ ਐਕਸੀਡੈਂਟ ਜਦੋਂ ਕਿਸੇ ਦਾ ਹੋ ਜਾਂਦਾ ਤੁਹਾਡੀ ਸਰਕਾਰ ਨੇ ਫੈਸਲਾ ਲਿਆ ਕਿ ਉਹਦਾ ਜਿਹੜਾ ਇਲਾਜ ਹੈ ਸਰਕਾਰ ਵੱਲੋਂ ਫ੍ਰੀ ਕਰਾਇਆ ਜਾਊਗਾ ਉਹ ਵੀ ਫੈਸਲਾ ਤੁਹਾਡਾ ਵਧੀਆ ਸੀਗਾ ਇੱਕ ਸ਼ਹੀਦ ਨੂੰ ਇੱਕ ਜੇ ਫੌਜੀ ਜਾਂ ਕੋ ਪੁਲਿਸ ਵਾਲਾ ਸ਼ਹੀਦ ਹੁੰਦਾ ਚਾਹੇ ਉਹ ਸਪਾਈ ਵੀ ਹੈ 1 ਕਰੋੜ ਰੁਪਇਆ ਉਹਦੇ ਪਰਿਵਾਰ ਨੂੰ ਤੁਸੀਂ ਦੇਣਾ ਉਹਦੇ ਲਈ ਵੀ ਤੁਹਾਡਾ ਧੰਨਵਾਦ ਹੈ ਕਿਉਂਕਿ ਵਿਰੋਧੀ ਧਿਰ ਦੇ ਜਿਹੜੇ 18 ਐਮਐਲਏ ਆ ਉਹ ਥਰ-ਥਰ ਜਿਹੜੀ ਵਿਰੋਧੀ ਧਿਰ ਆ ਤੁਹਾਡੇ ਤੋਂ ਕੰਮ ਦੀ ਫਿਰਦੀ ਆ ਤੁਹਾਡੀ ਵਿਜੀਲੈਂਸ ਤੋਂ ਕਿਉਂਕਿ ਉਹਨਾਂ ਦੇ ਕੀਤੇ ਪਾਪ ਡਰਾਉਂਦੇ ਆ ਜਿਹੜੇ ਪਿਛਲੇ 5 ਤੋਂ 15 ਸਾਲਾਂ ਦੇ ਵਿੱਚ ਉਹਨਾਂ ਕੀਤੇ ਆ ਕਿ ਵਾਰੇ-ਵਾਰੇ ਜਾਈਏ ਉਹਨਾਂ ਦੇ ਜਿਹੜੇ ਮਾਰਨ ਗੱਪ ਛੜੱਪ ਕੌਡੀ ਲੱਭੀ ਦੇ ਦੇਵਣ ਤੇ ਬੁਗਚਾ ਘਉ ਕੱਪ ਮਤਲਬ ਛੋਟੇ-ਛੋਟੇ ਕੰਮ ਕਰਕੇ ਮੈਂ ਨਹੀਂ ਕਹਿੰਦਾ ਤੁਸੀਂ ਕੰਮ ਛੋਟੇ ਕੀਤੇ ਹੋਣਗੇ ਪਰ ਜਿਹੜੇ ਤੁਸੀਂ ਦਿੱਲੀ ਵਾਲਿਆਂ ਲਈ ਕੰਮ ਕਰ ਰਹੇ ਹੋ ਚਾਹੇ ਉਹ ਰਾਜ ਸਭਾ ਮੈਂਬਰ ਹੈ ਚਾਹੇ ਉਹ ਨੌਲੇਜ ਸ਼ੇਅਰ ਹੈ ਚਾਹੇ ਸਲਾਹਕਾਰ ਕਮੇਟੀ ਦਾ ਚੇਅਰਮੈਨ ਦਿੱਲੀ ਦਾ ਲਾਉਣਾ ਉਹਦੇ ਸਾਹਮਣੇ ਫੈਸਲੇ ਛੋਟੇ ਲੱਗਦੇ ਨੇ ਖੁਦ ਹੀ ਭਗਵੰਤ ਮਾਨ ਜੀ ਉਹਦਾ ਵਿਰੋਧ ਕਰਿਆ ਕਰੋ ਜਿਹੜਾ ਕੰਮ ਗਲਤ ਹੋ ਜੇ ਦਿੱਲੀ ਤੋਂ ਜੇ ਕੋਈ ਫੈਸਲਾ ਹੁੰਦਾ ਤੇ ਉਹਦਾ ਵਿਰੋਧ ਵੀ ਆਪਣੀ ਦਲੇਰੀ ਨਾਲ ਕਰਿਆ ਕਰੋ ਜਿਵੇਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਕਰਦੇ ਸੀਗੇ ਲਾਹਕਾਰ ਲੱਗਣ ਦੇ ਨਾਲ ਵਿੱਤੀ ਖਰਚਾ ਕੋਠੀ ਸਿਕਿਉਰਿਟੀ ਆਫਿਸ ਸਟਾਫ ਔਰ ਜਿਹੜਾ ਬਹੁਤ ਾਮਚਾਮ ਤੇ ਉਹਦੇ ਖਰਚਾ ਆਣਾ ਵਾ 2.5 ਕਰੋੜ ਰੁਪਈਆ ਮੇਰੇ ਅੰਦਾਜ਼ੇ ਦੇ ਅਨਸਾਰ ਮਹੀਨੇ ਦਾ ਪਊਗਾ। ਕੋਟਾਂ ਤੇ ਸੀ ਪਾਈਆਂ ਸੀ ਭਗਵੰਤ ਮਾਨ ਨੂੰ ਕਿ ਉਂਗਲੀਆਂ ਟੁੱਟ ਗਈਆਂ ਮੇਰੀਆਂ ਉਸ ਪੱਥਰ ਨੂੰ ਤਰਾਸ਼ਦੇ ਤਰਾਸ਼ਦੇ ਜਦੋਂ ਸੂਰਤ ਬਣ ਗਈ ਮੇਰੇ ਯਾਰ ਦੀ ਤੇ ਉਸ ਦੇ ਖਰੀਦਦਾਰ ਆ ਗਏ। ਇੱਕ ਫੈਸਲਾ ਕੀਤਾ ਸੀਗਾ ਕਿ 6 ਮਹੀਨੇ ਇਹਨਾਂ ਦੇ ਉੱਤੇ ਕੋਈ ਨੁਕਤਾਚੀਨੀ ਨਾ ਕੀਤੀ ਜਾਵੇ ਇਹਨਾਂ ਨੂੰ ਸਮਾਂ ਦਿੱਤਾ ਜਾਵੇ ਕਿਉਂਕਿ ਤੰਤਰ ਜਿਹੜਾ ਪਿਛਲੇ 15-20 ਸਾਲਾਂ ਦਾ ਪੰਜਾਬ ਦਾ ਵਿਗੜਿਆ ਸੀਗਾ ਉਹਨੂੰ ਠੀਕ ਕਰਨ ਲਈ ਵੀ ਟਾਈਮ ਚਾਹੀਦਾ ਪਰ ਜਦੋਂ ਜਦੋਂ ਵੀ ਕੋਈ ਪੰਜਾਬ ਜਾਂ ਪੰਜਾਬੀਆਂ ਨਾਲ ਠੱਕੇ ਜਾਂ ਧੋਖੇ ਵਾਲਾ ਫੈਸਲਾ ਹੁੰਦਾ ਤੇ ਮੈਂ ਜ਼ਰੂਰ ਬੋਲਦਾ ਮਰ ਅੱਗੋ ਵੀ ਬੋਲਦਾ ਰਹੂੰਗਾ ਮੈਂ ਗੱਲ ਕਰਨ ਲੱਗਾ ਕਿ ਜਿਹੜਾ ਕੱਲ ਫੈਸਲਾ ਕੀਤਾ ਗਿਆ ਕਿ ਰਾਘਵ ਚੱਡਾ ਨੂੰ ਪੰਜਾਬ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ ਕਿ ਪੰਜਾਬ ਦੇ ਜਿਹੜੇ ਫੈਸਲੇ ਹੋ ਰਾਘਵ ਚੱਡਾ ਲਊਗਾ ਉਹਦੀ ਕਮੇਟੀ ਲਊਗੀ ਇਹ ਤੇ ਉਹ ਹਾਲਤ ਹੋਈ ਵੋਟਾਂ ਤੇ ਅਸੀਂ ਪਾਈਆਂ ਸੀ ਭਗਵੰਤ ਮਾਨ ਨੂੰ ਕਿ ਉਂਗਲੀਆਂ ਟੁੱਟ ਗਈਆਂ ਮੇਰੀਆਂ ਉਸ ਪੱਥਰ ਨੂੰ ਤਰਾਸ਼ਦੇ ਤਰਾਸ਼ਦੇ ਜਦੋਂ ਸੂਰਤ ਬਣ ਗਈ ਮੇਰੇ ਯਾਰ ਦੀ ਤੇ ਉਸ ਦੇ ਖਰੀਦਦਾਰ ਆ ਗਏ ਐਡੀ ਵੱਡੀ ਪੋਸਟ ਬਿਨਾ ਚੋਣ ਲੜੇ ਬਿਨਾ ਚੋਣ ਜਿੱਤੇ ਸਾਰਾ ਸਿਸਟਮ ਸਾਰੀ ਸਟੇਟ ਕੱਲ ਤੋਂ ਉਹੀ ਚਲਾਊਗਾ ਔਰ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਤੇ ਉਹਨਾਂ ਦੇ ਬਾਕੀ ਜਿਹੜੇ 91 ਐਮਐਲਏ ਆ ਕਿ ਰਾਗਵ ਚੱਡਾ ਨੂੰ ਪੰਜਾਬ ਦੇ ਫੈਸਲੇ ਲੈਣ ਦਾ ਅਧਿਕਾਰ ਲੋਕ رائے ਲਏ ਬਿਨਾ ਤੁਸੀਂ ਕਿਵੇਂ ਦੇ ਸਕਦੇ ਹੋ ਕਿ ਇਹ ਪੰਜਾਬ ਦੇ ਹਿੱਤ ਦੇ ਵਿੱਚ ਫੈਸਲਾ ਵਾ ਤੇ ਜੇ ਮੈਂ ਕੇਜਰੀਆ ਲੋਣਾ ਨੂੰ ਵੀ ਪੁੱਛਣਾ ਚਾਹੁੰਨਾ ਜਿਨ੍ਹਾਂ ਦੀ ਹਦਾਇਤ ਦੇ ਉੱਤੇ ਜਿਨ੍ਹਾਂ ਦੇ ਜਿਹੜੇ ਮੂੰਹ ਬੋਲੇ ਹੁਕਮ ਆ ਉਹਦੇ ਉੱਤੇ ਜਿਹੜਾ ਚੇਅਰਮੈਨ ਲਾਇਆ ਗਿਆ ਕਿ ਜੇ ਰਾਗਵ ਚੱਡਾ ਇੰਨਾ ਹੀ ਕਾਬਲ ਸੀਗਾ ਤੇ 2020 ਤੋਂ ਉਹ ਤੁਹਾਡੀ ਸਰਕਾਰ ਦੇ ਵਿੱਚ ਐਮਐਲਏ ਆ ਫਿਰ ਉਹਨੂੰ ਆਪਣੀ ਸਰਕਾਰ ਦੇ ਵਿੱਚ ਮੰਤਰੀ ਬਣਾ ਲੈਂਦੇ ਜਾਂ ਉੱਥੇ ਉਹਨੂੰ ਕੋਈ ਇਹੋ ਜਿਹਾ ਮਹਿਕਮਾ ਜਾਂ ਇਹੋ ਜਿਹੀ ਕਮੇਟੀ ਬਣਾ ਕੇ ਚੇਅਰਮੈਨ ਲਾ ਦਿੰਦੇ ਕੀ ਸਾਰੇ ਜਿਹੜੇ ਤਜਰਬੇ ਉਹ ਪੰਜਾਬ ਤੋਂ ਹੀ ਕਿਉਂ ਕੀਤੇ ਜਾਂਦੇ ਆ ਪੰਜਾਬ ਨੂੰ ਇੱਕ ਲੈਬੋਰੀ ਵਜੋਂ ਕਿਉਂ ਵਰਤਿਆ ਜਾ ਰਿਹਾ ਜੇ ਲੋਕਾਂ ਨੇ ਤੁਹਾਡੇ ਤੇ ਭਰੋਸਾ ਪ੍ਰਗਟ ਕੀਤਾ ਲੋਕਾਂ ਨੇ ਤੁਹਾਡੇ ਤੇ ਇਤਬਾਰ ਕੀਤਾ ਤੇ ਪੰਜਾਬ ਨੂੰ ਤਜਰਬਿਆਂ ਲਈ ਨਾ ਰੱਖੋ ਔਰ ਦੂਜੇ ਪਾਸੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡੀ ਨੀਅਤ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂਗਾ ਪਰ ਤੁਹਾਡੀ ਨੀਤੀ ਦੇ ਉੱਤੇ ਸ਼ੰਕੇ ਜ਼ਰੂਰ ਨੇ ਅੱਜ ਮੈਂ ਕਿਸੇ ਅਫਸਰ ਕੋਲ ਬੈਠਾ ਸੀਗਾ ਔਰ ਉੱਥੇ ਗੱਲਾਂ-ਗੱਲਾਂ 'ਚ ਗੱਲ ਚੱਲੀ ਤੁਹਾਡੇ ਮਾੜੇ ਚੰਗੇ ਕੰਮਾਂ ਦੀ ਕਿ ਜਿਹੜੇ ਤੁਸੀਂ ਇਹਨਾਂ 3 ਮਹੀਨਿਆਂ ਦੇ ਵਿੱਚ ਕੀਤੇ ਔਰ ਉਹ ਬੰਦਾ ਅਗੋਂ ਕਹਿੰਦਾ ਕਿ ਸੀਐਮ ਜਿੱਦਾਂ ਦਾ ਮਰਜ਼ੀ ਆ ਲੋਕ ਉਹਨੂੰ ਜੋ ਮਰਜ਼ੀ ਕਹਿਣ ਪਰ ਉਹ ਇਮਾਨਦਾਰ ਹੈ ਉਹ ਇੱਕ ਨਿੱਕੇ ਪੈਸੇ ਦਾ ਰਵਾਮਦਾਰ ਨਹੀਂ ਹੈ ਔਰ ਮੈਂ ਵੀ ਇਹ ਮੰਨਦਾ ਕਿ ਸਟੇਟ ਨੂੰ ਸੀਐਮ ਚਾਹੀਦਾ ਵੀ ਇਹੋ ਜਿਹਾ ਸੀਗਾ ਅੱਜ ਤੱਕ ਕੱਲ ਨੂੰ ਕਿਸੇ ਦੀ ਬੁੱਧੀ ਭ੍ਰਿਸ਼ਟ ਹੋ ਜਾਏ ਕੁਝ ਨਹੀਂ ਕਿਹਾ ਜਾ ਸਕਦਾ ਅੱਜ ਤੱਕ ਤੁਸੀਂ ਬਿਲਕੁਲ ਇਮਾਨਦਾਰ ਹੋ ਔਰ ਮੈਂ 100% ਉਸ ਅਫਸਰ ਦੀਆਂ ਗੱਲਾਂ ਦੇ ਨਾਲ ਸਹਿਮਤ ਹਾਂ ਪਰ ਦੂਜੀ ਚੀਜ਼ ਮੈਂ ਵੀ ਕਹਿਣਾ ਚਾਹੁੰਦਾ ਦੂਜੀ ਗੱਲ ਕਿ ਕਰਪਸ਼ਨ ਕੇਵਲ ਪੈਸੇ ਦੀ ਨਹੀਂ ਹੁੰਦੀ ਮਾਨ ਸਾਹਿਬ ਲੋਕਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕਰਨਾ ਵੀ ਇੱਕ ਕਰਪਸ਼ਨ ਹੈ ਲੋਕਾਂ ਨੇ ਜੋ ਅਧਿਕਾਰ ਤੁਹਾਨੂੰ ਦਿੱਤੇ ਤੁਸੀਂ ਪਲੇਟ ਦੇ ਵਿੱਚ ਪਾ ਕੇ ਖਰਾਤ ਵਾਂਗੂ ਅੱਗੇ ਵੰਡ ਰਹੇ ਹੋ ਉਹ ਵੀ ਇੱਕ ਭ੍ਰਿਸ਼ਟਾਚਾਰ ਹੈ ਤੁਸੀਂ ਲੋਕ ਇਤਫਾਸਲੇ ਲਏ ਉਹਦੇ ਲਈ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਜਿਹਦੇ ਵਿੱਚ ਸੀਗਾ ਇੱਕ ਐਮਐਲਏ ਇੱਕ ਪੈਨਸ਼ਨ ਬਿਜਲੀ ਤੁਸੀਂ ਲੋਕਾਂ ਨੂੰ ਮੁਫਤ ਕੀਤੀ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਮਹਿੰਗੀ ਸੀਗੀ ਬਿਜਲੀ ਉਹ ਵੀ ਤੁਹਾਡਾ ਫੈਸਲਾ ਜਿਹੜਾ ਛਲਾਗਾ ਜੋਗ ਹੈ ਐਕਸੀਡੈਂਟ ਜਦੋਂ ਕਿਸੇ ਦਾ ਹੋ ਜਾਂਦਾ ਤੁਹਾਡੀ ਸਰਕਾਰ ਨੇ ਫੈਸਲਾ ਲਿਆ ਕਿ ਉਹਦਾ ਜਿਹੜਾ ਇਲਾਜ ਹੈ ਸਰਕਾਰ ਵੱਲੋਂ ਫ੍ਰੀ ਕਰਾਇਆ ਜਾਊਗਾ ਉਹ ਵੀ ਫੈਸਲਾ ਤੁਹਾਡਾ ਵਧੀਆ ਸੀਗਾ ਇੱਕ ਸ਼ਹੀਦ ਨੂੰ ਇੱਕ ਜੇ ਫੌਜੀ ਜਾਂ ਕੋਈ ਪੁਲਿਸ ਵਾਲਾ ਸ਼ਹੀਦ ਹੁੰਦਾ ਚਾਹੇ ਉਹ ਸਪਾਈ ਵੀ ਹੈ 1 ਕਰੋੜ ਰੁਪਇਆ ਉਹਦੇ ਪਰਿਵਾਰ ਨੂੰ ਤੁਸੀਂ ਦੇਣਾ ਉਹਦੇ ਲਈ ਵੀ ਤੁਹਾਡਾ ਧੰਨਵਾਦ ਹੈ ਕ੍ਰਪਸ਼ਨ ਦੇ ਉੱਤੇ ਤੁਸੀਂ ਫੈਸਲਾ ਲਿਆ ਜਿਹੜਾ ਤੁਸੀਂ ਕ੍ਰਪਟ ਲੋਕਾਂ ਨੂੰ ਫੜ-ਫੜ ਕੇ ਅੰਦਰ ਦੇ ਰਹੇ ਹੋ ਪਰ ਉਹਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਵੇਂ ਤੁਸੀਂ ਕੈਪਟਨ ਨੂੰ ਕਹਿੰਦੇ ਸੀ ਨਾ ਕਿ ਛੋਟੀਆਂ ਮੱਛੀਆਂ ਫੜਦਾ ਵੱਡੇ ਮગરਮੱਛਾਂ ਨੂੰ ਹੱਥ ਨਹੀਂ ਪਾਉਂਦਾ ਅੱਜ ਤੱਕ ਤੇ ਨਾ ਮਹੀਨਿਆਂ 'ਚ ਵੱਡੇ ਮગરਮੱਛ ਨੂੰ ਤੁਸੀਂ ਹੱਥ ਨਹੀਂ ਪਾਇਆ ਦੋ ਚਾਰ ਪੰਜਾਂ ਦਿਨਾਂ 'ਚ ਮੈਂ ਵੀ ਕਿਸੇ ਨਾ ਕਿਸੇ ਦਾ ਖਲਾਸਾ ਕਰੂੰਗਾ ਔਰ ਬਿਲਕੁਲ ਜਾਇਜ਼ ਕਰੂੰਗਾ ਫਿਰ ਵੀ ਜੋ ਤੁਸੀਂ ਕ੍ਰਪਸ਼ਨ ਦੇ ਉੱਤੇ ਨੀਤੀ ਅਪਣਾਈ ਆ ਤੁਹਾਡਾ ਉਹਦੇ ਲਈ ਵੀ ਪੰਜਾਬੀ ਜਿਹੜੇ ਉਹ ਦਿਲ ਦੀਆਂ ਗਹਿਰਾਈ ਔਰ ਮੱਤੇਵਾੜਾ ਜੰਗਲ ਜਿਹੜਾ ਲੋਕਾਂ ਦੀ ਡਿਮਾਂਡ ਸੀਗੀ ਜਿਹੜੀ ਹਰਿਆਲੀ ਨੂੰ ਉੱਥੋਂ ਜਾੜਨ ਦਾ ਪ੍ਰੋਗਰਾਮ ਸੀਗਾ ਉਹ ਤੁਸੀਂ ਸਮਝੌਤਾ ਰੱਦ ਕੀਤਾ ਪੰਜਾਬੀਆਂ ਸਾਰਿਆਂ ਤੋਂ ਤੁਹਾਡਾ ਧੰਨਵਾਦ ਕੀਤਾ ਔਰ ਇਹਦੇ ਨਾਲ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਣਾ ਕੇ ਮੱਤੇਵਾੜਾ ਜਿਹੜਾ ਜੰਗਲ ਉਹ ਬਚਾਇਆ ਗਿਆ ਜਿਹੜਾ ਉੱਥੇ ਇੰਡਸਟਰੀਅਲ ਪਾਰਕ ਲੱਗਣਾ ਸੀਗਾ ਉਹ ਲੋਕਾਂ ਦੀ ਸਹਿਮਤੀ ਦੇ ਨਾਲ ਜਿਹਦੇ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇ ਪੰਜਾਬੀਆਂ ਨੂੰ ਵੀ ਫਾਇਦਾ ਹੋਵੇ ਕਿਸੇ ਉਸ ਜਗ੍ਹਾ ਦੇ ਉੱਤੇ ਵੀ ਲਾਇਆ ਜਾਵੇ ਔਰ ਇੰਡਸਟਰੀਅਲ ਪਾਰਕ ਵੀ ਲੈ ਕੇ ਆਇਆ ਜਾਵੇ ਜੰਗਲਾਂ ਦੇ ਨਾਲ ਨਾਲ ਇੰਡਸਟਰੀ ਤੇ ਕਾਰੋਬਾਰ ਜਿਹੜਾ ਉਹ ਵੀ ਬਹੁਤ ਜ਼ਰੂਰੀ ਆ ਉਹਦੇ ਨਾਲ ਹੀ ਬੇਰੋਜ਼ਗਾਰੀ ਜਿਹੜੀ ਦੂਰ ਹੋ ਸਕਦੀ ਆ ਉਹਦੇ ਨਾਲ ਹੀ ਲੋਕਾਂ ਦੀ ਗਰੀਬੀ ਦੂਰ ਹੋ ਸਕਦੀ ਆ ਉਹਨਾਂ ਚੀਜ਼ਾਂ ਲਈ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਜਿਹੜੇ ਤੁਸੀਂ ਲੋਕ ਹਿੱਤ ਤੇ ਲੋਕ رائے ਨਾਲ ਫੈਸਲੇ ਲਏ ਪਰ ਕਈ ਫੈਸਲੇ ਤੁਸੀਂ ਗਲਤ ਕੀਤੇ ਜਿਹਦੇ ਵਿੱਚ ਸਭ ਤੋਂ ਵੱਧ ਤੁਹਾਡਾ ਵਿਰੋਧ ਹੋਇਆ ਜਿਹਦੇ ਨਾਲ ਤੁਹਾਡਾ ਕਿਤੇ ਨਾ ਕਿਤੇ ਗ੍ਰਾਫ ਵੀ ਡਿੱਗਿਆ ਸੀਗਾ ਨੌਲੇਜ ਸ਼ੇਅਰਿੰਗ ਜਿਹੜਾ ਤੁਸੀਂ ਐਮਓਯੂ ਸਾਈਨ ਕੀਤਾ ਸੀਗਾ ਮੈਂ ਪਹਿਲਾਂ ਵੀ ਇੱਕ ਦਿਨ ਕਿਹਾ ਸੀਗਾ ਜਦੋਂ ਇਹ ਸਾਈਨ ਕੀਤਾ ਗਿਆ ਸੀਗਾ ਕਿ ਨੌਲੇਜ ਸ਼ੇਅਰ ਕਰਨ ਲਈ ਸਮਝੌਤੇ ਦੀ ਕੀ ਲੋੜ ਸੀਗੀ ਬਿਨਾ ਸਮਝੌਤੇ ਤੋਂ ਵੀ ਇੱਕ ਦੂਜੇ ਦੇ ਨਾਲ ਨੌਲੇਜ ਸ਼ੇਅਰ ਹੋ ਸਕਦੀ ਆ ਉਹਦੇ ਲਈ ਬਾਉਂਡ ਕਿਉਂ ਨਾ ਪੰਜਾਬੀਆਂ ਨੂੰ ਬੰਨਿਆ ਕਿਉਂ ਗਿਆ ਦੂਜਾ ਫੈਸਲਾ ਤੁਹਾਡਾ ਰਾਜ ਸਭਾ ਦੇ ਮੈਂਬਰ ਜਿਹੜੇ ਤੁਸੀਂ ਬਾਹਰੀ ਤੇ ਗੈਰ ਲੋਕ ਸੇਵਕ ਜਿਹੜੇ ਉਹ ਚੁਣੇ ਉਹਦਾ ਵੀ ਲੋਕਾਂ ਨੇ ਵਿਰੋਧ ਕੀਤਾ ਔਰ ਕਿਤੇ ਨਾ ਕਿਤੇ ਲੋਕਾਂ ਦੇ ਦਿਲ ਦੇ ਵਿੱਚ ਉਹ ਉਹ ਦੁੱਖ ਲੱਗਾ ਸੀਗਾ ਉਹਨਾਂ ਨੂੰ ਜਿਹਦਾ ਨਤੀਜਾ ਤੁਹਾਨੂੰ ਸੰਗਰੂਰ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਤਿੰਨ ਮਹੀਨੇ ਤੁਹਾਡੀ ਸਰਕਾਰ ਨੂੰ ਹੋਏ ਨੂੰ ਆਏ ਤੇ ਤਿੰਨਾ ਮਹੀਨਾ ਬਾਅਦ ਹੀ ਲੋਕਾਂ ਦੇ ਵਿੱਚ ਇਹ ਹਾਲ ਹੋ ਗਿਆ ਤੁਹਾਡੇ ਗ੍ਰਹਿ ਜ਼ਿਲ੍ਹੇ ਦੇ ਵਿੱਚ ਤੇ ਹੁਣ ਜਿਹੜਾ ਤੁਸੀਂ ਫੈਸਲਾ ਲਿਆ ਰਾਘਵ ਚੱਡਾ ਨੂੰ ਸਲਾਹਕਾਰ ਲਾ ਕੇ ਮੈਂ ਪੁਰ ਜੋਰ ਇਹਦਾ ਵਿਰੋਧ ਕਰਦਾ ਕਿਉਂਕਿ ਇਹ ਫੈਸਲਾ ਜਿਹੜਾ ਲੋਕਪੱਖੀ ਨਹੀਂ ਹੈ ਇਹ ਪੰਜਾਬ ਪੱਖੀ ਨਹੀਂ ਹੈ ਮੈਨੂੰ ਤੇ ਇਹ ਵੀ ਸ਼ੱਕ ਹੈ ਕਿ ਤੁਸੀਂ ਇਹਨੂੰ ਰੱਦ ਕਰਕੇ ਜਿਹੜਾ ਮੱਤੇਵਾੜਾ ਜੰਗਲ ਵਾਲਾ ਫੈਸਲਾ ਰੱਦ ਕੀਤਾ ਉਹਦੇ ਨਾਲ ਤੁਸੀਂ ਲੋਕਾਂ ਦੇ ਲੋਕੀਤੀ ਹੋਣ ਦਾ ਪ੍ਰਮਾਣ ਦਿੱਤਾ ਪਰ ਇਹਦੀ ਆੜ ਦੇ ਵਿੱਚ ਰਾਗਵ ਚੰਡਾ ਨੂੰ ਸਲਾਹਕਾਰ ਚੁਣ ਲਿਆ ਔਰ ਉਹਦੇ ਨੇ ਉਹ ਫੈਸਲਾ ਤੁਸੀਂ ਮੈਂ ਮੰਨਦਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਕਿਉਂ ਤੁਸੀਂ ਤਾਂ ਰੱਦ ਕੀਤਾ ਕੇ ਲੋਕਾਂ ਦੀ رائے ਵੰਡੀ ਜਾਵੇ ਔਰ ਸਲਾਹਕਾਰ ਵਾਲਾ ਜਿਹੜਾ ਮੁੱਠਾ ਮੁੱਦਾ ਵਾ ਇਹਨੂੰ ਉੱਠਣ ਹੀ ਨਾ ਦਿੱਤਾ ਜਾਵੇ ਤੇ ਮੁੱਦਾ ਬਣਾਉਣਾ ਵੀ ਕਿੰਨੇ ਸੀਗਾ ਮੁੱਦਾ ਠਾਉਣਾ ਵੀ ਕਿੰਨੇ ਆ ਕਿਉਂਕਿ ਵਿਰੋਧੀ ਧਿਰ ਦੇ ਜਿਹੜੇ 18 ਐਮਐਲਏ ਆ ਉਹ ਥਾਰ-ਥਾਰ ਜਿਹੜੀ ਵਿਰੋਧੀ ਧਿਰ ਆ ਤੁਹਾਡੇ ਤੋਂ ਕੰਮ ਦੀ ਫਿਰਦੀ ਆ ਤੁਹਾਡੀ ਵਿਜੀਲੈਂਸ ਤੋਂ ਕਿਉਂਕਿ ਉਹਨਾਂ ਦੇ ਕੀਤੇ ਪਾਪ ਡਰਾਉਂਦੇ ਆ ਜਿਹੜੇ ਪਿਛਲੇ 5 ਤੋਂ 15 ਸਾਲਾਂ ਦੇ ਵਿੱਚ ਉਹਨਾਂ ਕੀਤੇ ਆ ਪੰਜਾਬ ਦੀ ਇਹ ਬਦਕਿਸਮਤੀ ਹੈ ਕਿ ਪਹਿਲੀ ਸਰਕਾਰ ਚ ਜਿਹੜੀ ਵਿਰੋਧੀ ਧਿਰ ਸੀ ਉਹ ਰਲ ਮਿਲ ਕੇ ਮੈਚ ਖੇਡਦੀ ਸੀ ਤੇ ਹੁਣ ਵਾਲੀ ਹੁਣ ਵਾਲੀ ਜਿਹੜੀ ਵਿਰੋਧੀ ਧਿਰ ਆ ਉਹ ਆਪਣੀਆਂ ਚੋਰੀਆਂ ਕਰਕੇ ਤੁਹਾਡੀ ਪੁਲਿਸ ਦੇ ਅੱਗੇ ਲਗ ਲਗ ਭੱਜੀ ਫਿਰਦੀ ਆ ਇਹ ਵੀ ਪੰਜਾਬ ਦੀ ਬਦਕਿਸਮਤੀ ਆ ਪਰ ਤੁਸੀਂ ਖੁਦ ਹੀ ਤੁਸੀਂ ਸਰਕਾਰ ਹੋ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਆਪੋਜੀਸ਼ਨ ਦਾ ਰੋਲ ਸਮਝਦੇ ਹੋ ਤੁਹਾਨੂੰ ਜਿਹੜੀਆਂ ਚੀਜ਼ਾਂ ਬੁਰੀਆਂ ਲੱਗਦੀਆਂ ਤੁਸੀਂ ਖੁਦ ਹੀ ਭਗਵੰਤ ਮਾਨ ਜੀ ਉਹਦਾ ਵਿਰੋਧ ਕਰਿਆ ਕਰੋ ਜਿਹੜਾ ਕੰਮ ਗਲਤ ਹੋ ਜੇ ਦਿੱਲੀ ਤੋਂ ਜੇ ਕੋਈ ਫੈਸਲਾ ਹੁੰਦਾ ਤੇ ਉਹਦਾ ਵਿਰੋਧ ਵੀ ਆਪਣੀ ਦਲੇਰੀ ਨਾਲ ਕਰਿਆ ਕਰੋ ਜਿਵੇਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਕਰਦੇ ਸੀਗੇ ਸੋ ਮੇਰੀ ਬੇਨਤੀ ਹੈ ਲੋਕਾਂ ਤੁਹਾਨੂੰ ਬੜੇ ਵਿਸ਼ਵਾਸ ਦੇ ਨਾਲ ਚੁਣਿਆ ਉਹਨਾਂ ਦੇ ਨਾਲ ਧੋਖਾ ਨਾ ਹੋਣ ਦਿਓ ਨਿੱਕੀਆਂ ਨਿੱਕੀਆਂ ਸਹੂਲਤਾਂ ਤੁਸੀਂ ਪੰਜਾਬੀਆਂ ਨੂੰ ਦਿੰਦੇ ਔਰ ਉਹਦੇ ਬਦਲੇ ਜਿਹੜੇ ਆ ਉਹ ਵੱਡੇ ਵੱਡੇ ਗੱਫੇ ਜਿਹੜੇ ਦਿੱਲੀ ਨੂੰ ਤੁਸੀਂ ਦੇਣੇ ਸ਼ੁਰੂ ਕਰ ਦਿੱਤੇ ਬਾਬਾ ਬੁੱਲੇ ਸ਼ਾਹ ਕਿਤੇ ਲਿਖਦੇ ਆ ਕੇ ਵਾਰੇ ਵਾਰੇ ਜਾਈਏ ਉਹਨਾਂ ਦੇ ਜਿਹੜੇ ਮਾਰਨ ਗੱਪ ਛੜਾਪ ਕੌਡੀ ਲੱਭੀ ਦੇ ਦੇਵਣ ਤੇ ਬੁਗਚਾ ਘਉ ਕੱਪ ਮਤਲਬ ਛੋਟੇ ਛੋਟੇ ਕੰਮ ਕਰਕੇ ਮੈਂ ਨਹੀਂ ਕਹਿੰਦਾ ਤੁਸੀਂ ਕੰਮ ਛੋਟੇ ਕੀਤੇ ਹੋਣਗੇ ਪਰ ਜਿਹੜੇ ਤੁਸੀਂ ਦਿੱਲੀ ਵਾਲਿਆਂ ਲਈ ਕੰਮ ਕਰ ਰਹੇ ਹੋ ਚਾਹੇ ਉਹ ਰਾਜ ਸਭਾ ਮੈਂਬਰ ਹੈ ਚਾਹੇ ਉਹ ਨੌਲੇ ਸ਼ੇਰ ਹੈ ਚਾਹੇ ਸਲਾਹਕਾਰ ਕਮੇਟੀ ਦਾ ਚੇਅਰਮੈਨ ਦਿੱਲੀ ਦਾ ਲਾਉਣਾ ਉਹਦੇ ਸਾਹਮਣੇ ਫੈਸਲੇ ਛੋਟੇ ਲੱਗਦੇ ਨੇ ਇੱਕ ਪਾਸੇ ਤੇ ਮਾਨ ਸਾਹਿਬ ਮੈਂ ਤੁਹਾਨੂੰ ਯਾਦ ਕਰਾਉਣ ਲੱਗਾ ਜੇ ਪਰਸੋਂ ਦੀ ਗੱਲ ਆ ਤੁਸੀਂ ਕਹਿੰਦੇ ਹੋ ਕਿ ਮੈਂ ਪੰਜਾਬ ਦੀ ਪਾਈ ਪਾਈ ਬਚਾਉਣੀ ਆ ਮੈਂ ਪੰਜਾਬ ਦਾ ਪੈਸਾ ਪੈਸਾ ਬਚਾਉਣਾ ਵ ਪਰसों ਤੁਸੀਂ ਇੱਕ ਫੈਸਲਾ ਲਿਆ ਐਮਐਲਏ ਦਾ ਪੱਤਾ ਜਿਹੜਾ ਟਰੈਵਲਿੰਗ ਅਲਾਉਂਸ ਹੈ ਉਹਨਾਂ ਦਾ ਉਹਨੂੰ ਘਟਾ ਕੇ ਤੁਸੀਂ ਕਿਹਾ ਕਿ ਮੈਂ 2.5 ਕਰੋੜ ਰੁਪਈਆ ਸਰਕਾਰ ਦਾ ਬਚਾ ਲਿਆ ਉੱਥੇ ਤੁਹਾਡੇ ਇਸ ਸਲਾਹਕਾਰ ਬਣਾਉਣ ਵਾਲੇ ਫੈਸਲੇ ਦੇ ਨਾਲ ਪੰਜਾਬ ਦੇ ਫੈਸਲਿਆਂ ਤੇ ਵੀ ਅਸਰ ਪਊਗਾ ਉਹਦੇ ਨਾਲ ਨਾਲ ਸਲਾਹਕਾਰ ਲੱਗਣ ਦੇ ਨਾਲ ਵਿੱਤੀ ਖਰਚਾ ਕੋਠੀ ਸਿਕਿਉਰਿਟੀ ਆਫਿਸ ਸਟਾਫ ਔਰ ਜਿਹੜਾ ਹੋਰ ਧਾਮ ਚਾਮਤੇ ਉਹਦੇ ਖਰਚਾ ਆਣਾ ਵਾ 2.5 ਕਰੋੜ ਰੁਪਇਆ ਮੇਰੇ ਅੰਦਾਜ਼ੇ ਦੇ ਅਨਸਾਰ ਮਹੀਨੇ ਦਾ ਪਊਗਾ ਸੋ ਮੇਰੀ ਇਹ ਇਹ ਬੈਲੈਂਸ ਜੇ ਤੁਸੀਂ ਜੇ ਬਚਾਉਂਦੇ ਹੋ ਤਾਂ ਉਹਨਾਂ ਨੂੰ ਬਚਾ ਕੇ ਰੱਖੋ ਨਾ ਇਧਰੋਂ ਬਚਾ ਕੇ ਆਪਾਂ ਉਧਰ ਵੰਡੀ ਨਾ ਜਾਈਏ ਤੇ ਲਟਾਈ ਨਾ ਜਾਈਏ ਉੱਥੇ ਵੀ ਤੁਸੀਂ ਦੇਖੋਗੇ ਰਾਗਵ ਚੱਡਾ ਦੀ ਸਿਕਿਉਰਿਟੀ ਦੇ ਉੱਤੇ ਕੋਠੀ ਦੇ ਉੱਤੇ ਕਿੰਨਾ ਖਰਚ ਹੋ ਰਿਹਾ ਵਾ ਸੋ ਮੇਰੀ ਖੀਰ ਚ ਤੁਹਾਨੂੰ ਬੇਨਤੀ ਹੈ ਤੇ ਸਲਾਹ ਵੀ ਕਿ ਫੈਸਲੇ ਲੋਕ ਇਤ ਲੋਕ 2027 ਦੇ ਵਿੱਚ ਵੀ ਤੁਹਾਨੂੰ ਮੁੱਖ ਮੰਤਰੀ ਬਣਾ ਦੇਣਗੇ ਨਾ ਤੁਹਾਨੂੰ ਕੋਈ ਸਰਕਾਰ ਤੋਂ ਲਾ ਸਕਦਾ ਜੇ ਲੋਕ ਇਤ ਫੈਸਲੇ ਲਓਗੇ ਤੇ ਨਾ ਲੋਕਾਂ ਦੇ ਦਿਲਾਂ ਦੇ ਵਿੱਚੋਂ ਤੇ ਅੱਖਾਂ ਮੀਟ ਕੇ ਫੈਸਲਾ ਜਾਂ ਹੁਕਮ ਨਾ ਮੰਨੋ ਕੱਲ ਮੈਂ ਦੇਖਿਆ ਸੀਗਾ ਕਿ ਰਾਗਵ ਚੱਡਾ ਤੁਹਾਡੇ ਪੈਰੀ ਪੈ ਰਿਆ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਣਾ ਕਿ ਨਰਿੰਦਰ ਮੋਦੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਕਿਸੇ ਵੇਲੇ 8-9 ਸਾਲ ਪਹਿਲਾਂ ਉਹ ਅਡਵਾਨੀ ਦੇ ਪੈਰੀ ਪਏ ਸੀਗੇ ਔਰ ਐਡਾ ਵੱਡਾ ਲੀਡਰ ਐਡੇ ਵੱਡੇ ਲੀਡਰ ਲਾਲ ਕਿਸ਼ਨ ਅਡਵਾਨੀ ਕਿਤੇ ਲੱਭੇ ਹੀ ਨਹੀਂ ਉਸ ਤੋਂ ਵਾਧਾ ਕਿਤੇ ਉਹੋ ਹਾਲ ਤੁਹਾਡਾ ਨਾ ਹੋ ਜਾਵੇ ਅਖੀਰ ਚ ਮੈਂ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਤੇ ਤੁਹਾਡੀ ਜੋ ਹਾਲਤ ਨਜ਼ਰ ਆਉਂਦੀ ਆ ਨਾ ਉਹਦੇ ਵਿੱਚ ਕਿਸੇ ਸ਼ਾਇਰ ਨੇ ਖੂਬ ਲਿਖਿਆ ਉਹ ਹਾਲਤ ਨਾ ਬਣਾਓ ਆਪਣੀ ਪੰਜਾਬੀਆਂ ਲਈ ਪੰਜਾਬੀ ਉਹ ਦਲੇਰ ਰਹੋ ਪੰਜਾਬੀਆਂ ਦੇ ਹੱਕ 'ਚ ਫੈਸਲੇ ਲਓ ਉਹ ਸ਼ਾਇਰ ਲਿਖਦਾ ਹੈ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਜੋ ਤੁਹਾਡੇ ਮਨ ਦੇ ਵਿੱਚ ਵਲਵਲਾ ਸ਼ਾਇ ਤੁਸੀਂ ਉਹਨੂੰ ਪੂਰਾ ਕਰਨਾ ਚਾਹੁੰਦੇ ਹੋ ਪਰ ਤੁਹਾਡੀ ਮਜਬੂਰੀ ਬਣ ਗਈ ਆ ਕਿ ਉਹ ਜੋ ਖਾਬ ਥੇ ਮੇਰੇ ਜ਼ਹਿਨ 'ਮੇ ਉਹ ਜੋ ਖੁਆਬ ਥੇ ਮੇਰੇ ਜ਼ਹਿਨ 'ਮੇ ਨਾ ਮੈਂ ਕਹਿ ਸਕਾਂ ਨਾ ਮੈਂ ਲਿਖ ਸਕਾਂ ਕਿ ਜ਼ੁਬਾਨ ਮਿਲੀ ਤਾਂ ਕਟੀ ਹੋਈ ਕਿ ਕਲਮ ਮਿਲਾ ਤੋ ਬਿਕਾ ਹੋ